नमस्कार, मैं हूं उर्वशी। आज हम आए हैं मंडी डावाअली के एक ऐसे इलाके में जिसका नाम है नर्सिंग कॉलोनी, जहां पर एक तरफ हमारा भारत और पूरा विश्व कोरोना जैसी महामारी से जूझ रहा है, वहीं पर हम आपको दिखाना चाहते हैं कि नर्सिंग कॉलोनी का क्या हाल है। आइए, यहाँ पर सीवरेज की इतनी समस्या है, आप देख सकते हैं हर जगह पर पानी भरा हुआ है और सीवरेज ब्लॉक हुए हुए हैं। यहाँ से किसी प्रकार की कोई भी बीमारी जन्म ले सकती है, बच्चों को बीमारी हो सकती है। और यहाँ पर लोग किस तरह से इस तरह की सीवरेज की प्रॉब्लम से जितनी भी यहाँ पर हो रही हैं उससे दुखी हैं या उनके क्या हालात हैं, आइए हम उनसे ही जानते हैं। तो आप बताइए कि यहाँ पर जो ये सीवरेज की जो ये प्रॉब्लम है, ये तो जब से सीवर बने हैं ना तब से ही प्रॉब्लम है। ये कुछ दो चार ही महीने सही चले थे, उसके बाद ये ऐसी ब्लॉक है, ये प्लाट हैं खाली पड़े हैं, इन्हों में चला गया, कभी गली भर जाती हैं। अब जिनका प्लॉट है वो बंद भी कर जाते हैं, फिर ये गली भरने लग जाती हैं, बच्चे गंदे पानी में जा रहे हैं, बीमार हो रहे हैं, हर एक चीज़ की प्रॉब्लम ही प्रॉब्लम है यहाँ पर। ना तो कोई मेम्बर सुनता है, ना कोई सरपंच सुनता है यहाँ पर। तो यहाँ पर आपने किसी को शिकायत नहीं की, सब ने इकट्ठे होकर? बहुत बार की है। ਜਿਵੇਂ ਕਿ ਹੈਗਾ ਜਦੋਂ ਇਲੈਕਸ਼ਨ ਹੁੰਦੇ ਨੇ, ਇਲੈਕਸ਼ਨਾਂ ਵੇਲੇ ਮੈਂਬਰ ਬਣਦੇ ਆ, ਸਰਪੰਚ ਬਣਦੇ, ਸਾਰੇ ਇਕੱਠੇ ਹੋ ਕੇ ਆ ਜਾਂਦੇ ਨੇ, ਹਾਂ ਵੀ ਵੋਟਾਂ ਸਾਨੂੰ ਦਿਓ, ਫਲਾਨਾ ਦਿਓ, ਦੇ ਦਿੰਦੇ ਆ, ਜਿੱਤ ਜਾਂਦੇ। ਉਦੋਂ ਬਾਅਦ ਇੱਥੇ ਕੋਈ ਨਹੀਂ ਦਿਖਦਾ। ਆਹ ਸੀਵਰ ਦਿਖਦੇ ਆ ਤੁਹਾਨੂੰ, ਆਹ ਵੇਖ ਲਓ ਗੰਦ, ਆਹ ਨਿੱਕੇ ਨਿੱਕੇ ਜਵਾਕ ਹੈਗੇ ਆ। ਜੇ ਬਿਮਾਰ ਹੋ ਜਾਣਗੇ ਅਸੀਂ ਫਿਰ ਇਹਨਾਂ ਕੋਲ ਥੋੜ੍ਹੀ ਜਾਵਾਂਗੇ, ਇਹ ਦਵਾ ਜਾਣਗੇ ਦਵਾਈਆਂ ਆ ਕੇ, ਕੋਈ ਨਹੀਂ ਦਵਾਉਂਦਾ, ਸਾਨੂੰ ਆਪ ਨੂੰ ਹੀ ਆਉਂਦੀ ਹੈ। ਹੈਂ, ਕੋਈ ਵੀ ਸੀਵਰ ਦੀ ਸਮੱਸਿਆ ਹੈਗੀ ਹੈ ਅਤੇ ਸਰਪੰਚ ਸਾਹਿਬ ਨੂੰ ਆਪਾਂ ਬਣਾਇਆ ਅਤੇ ਸਰਪੰਚ ਸਾਹਿਬ ਨੇ ਵੋਟਾਂ ਤੋਂ ਪਹਿਲਾਂ ਇਹ ਗੱਲ ਆਖੀ ਗਈ ਹੈ ਸਾਨੂੰ, ਐਂ ਕਿਹਾ ਵੀ ਸੀਵਰ ਅਸੀਂ ਸਾਫ਼ ਕਰਾਵਾਂਗੇ, ਸਾਰਾ ਕੁਝ ਸੀਵਰ ਅਸੀਂ ਚਲਵਾਵਾਂਗੇ, ਸਾਨੂੰ ਵੋਟ ਪਾਓ। ਅਸੀਂ ਜਦੋਂ ਸਰਪੰਚ ਸਾਹਿਬ ਬਣਵਾ ਤਾ ਤਾਂ ਉਦੋਂ ਮੁੜ ਕੇ ਸਾਡੇ ਨਾਲ ਕੋਈ ਮਤਲਬ ਕਿ ਹੱਲ ਨਹੀਂ ਹੋਇਆ, ਠੀਕ ਹੈ। ਸਾਡੇ ਐਂ ਕਿਹਾ ਵੀ ਬਿਜਲੀ ਮਹਿਕਮੇ 'ਚ ਵੀ ਅਸੀਂ ਗਏ ਸੀਗੇ, ਉੱਥੋਂ ਅਸੀਂ ਖੰਭੇ ਲਿਆਏ, ਆਹ ਦੇਖ ਲਓ ਤਾਰਾਂ ਬਿਲਕੁਲ ਨਹੀਂ ਪਾਈਆਂ ਹੋਈਆਂ ਤਾਰਾਂ ਵੀ ਇਹ 'ਚ, ਖੁਦ ਅਸੀਂ ਆਪਦਾ ਕਿਰਾਇਆ ਲਾ ਕੇ ਆਪਦਾ ਸਾਰਾ ਕੁਝ ਕਰਕੇ ਅਸੀਂ ਲੈ ਕੇ ਬਿਜਲੀ ਦੇ ਖੰਭੇ ਆਏ। ਉਦੋਂ ਮੁੜ ਕੇ ਕਹਿੰਦੇ ਤਾਰਾਂ ਪਵਾ ਦੇਣਗੇ, ਅੱਜ ਤੱਕ ਤਾਰਾਂ ਨਹੀਂ ਪਈਆਂ ਜੀ। ਇਹ ਸਾਡੇ ਆਪਦੀਆਂ ਜਿਹੜੀ ਪ੍ਰਾਈਵੇਟ ਤਾਰਾਂ ਲਿਆਂਦੀਆਂ ਹੋਈਆਂ ਉਹ ਤਾਰਾਂ ਹੈਗੀਆਂ ਇਹ, ਅੱਜ ਤੱਕ ਨਾ ਤਾਂ ਕੋਈ ਬਿਜਲੀ ਮਹਿਕਮੇ ਕਨੀ ਆਇਆ ਗਿਆ ਅਤੇ ਨਾ ਹੀ ਕੋਈ ਆਪਣੇ ਸਰਪੰਚ ਨੇ ਤੋਂ ਹੱਲ ਕੀਤਾ। ਬਾਕੀ ਤੁਸੀਂ ਆਹ ਦੇਖ ਹੀ ਰਹੇ ਹੋ, ਆਹ ਸੀਵਰ ਪਾਏ ਹੋਏ ਆ, ਤੁਸੀਂ ਆਪ ਕਹਿ ਦਿਓ ਕਿ ਵੀ ਜੇ ਸੀਵਰ ਵਿੱਚ ਪਾਣੀ ਜਾ ਰਿਹਾ ਤਾਂ ਇਹ ਕਿ ਵੀ ਆ ਸਰਪੰਚ ਸਾਹਿਬ ਸੱਚੇ ਅਸੀਂ ਝੂਠੇ ਹਾਂ, ਤੁਸੀਂ ਆਪ ਦੇਖੋ ਪਾਣੀ ਕਿੱਥੇ ਜਾ ਰਿਹਾ। ਇਸ ਗੱਲ ਦਾ ਕਿ ਤੁਸੀਂ ਆਪ ਦੇਖ ਸਕਦੇ ਹੋ, ਕੋਈ ਝੂਠ ਨਹੀਂ ਮਾਰ ਰਹੇ। ਬਾਏ ਦੇ ਵੇ ਮਕਾਨ ਬਣ ਜਾਂਦੇ ਆ, ਉਹਨਾਂ ਨੇ ਤਾਂ ਬੰਦ ਕਰ ਦੇਣਾ, ਗਲੀਆਂ ਭਰਨਗੀਆਂ, ਬੱਚੇ ਉਹੀ ਗੰਦੇ ਪਾਣੀ ਦੇ ਵਿੱਚ ਲੜਾਈਆਂ, ਅਗਲਾ ਕੋਈ ਨਹੀਂ ਜਾਣਦਾ ਨਹੀਂ ਆਪਦੇ ਪਲਾਟ ਦੇ ਵਿੱਚ, ਲੜਾਈ ਦਾ ਘਰ ਹੈਗਾ, ਰਹਿੰਦਾ ਕੁੰਦਾ। ਇਹਦੇ ਵਾਟਰ ਬਾਕਸ ਦੇ ਪਾਣੀ ਦੀ ਵੀ ਆਹੀ ਸਮੱਸਿਆ ਹੈ, ਚਾਰ ਦਿਨ ਪੰਜ ਦਿਨ ਨਹੀਂ ਆਉਂਦਾ, ਆਉਂਦਾ ਤਾਂ ਗੰਦਾ ਆਉਂਦਾ, ਇੰਨਾ ਗੰਦਾ ਪਾਣੀ ਆਉਂਦਾ ਪੀਣ ਨੂੰ ਕੀ, ਉਹਨੂੰ ਦੇਖਣ ਨੂੰ ਜੀ ਨਹੀਂ ਕਰਦਾ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਇੱਥੇ ਨਰਸਿੰਗ ਕਲੋਨੀ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਸਰਪੰਚ ਦੁਆਰਾ ਕੋਈ ਵੀ ਸੁਵਿਧਾ ਉਪਲਬਧ ਨਹੀਂ ਕਰਵਾਈ ਗਈ? ਆਪਦੇ ਜਦੋਂ ਮਤਲਬ ਹੁੰਦਾ ਜੀ ਉਦੋਂ ਤੱਕ ਹੀ ਆਉਂਦੇ ਆ, ਜਦੋਂ ਤੱਕ ਉਹਨਾਂ ਨੂੰ ਆਪਦਾ ਮਤਲਬ ਹੈਗਾ ਉਦੋਂ ਤੱਕ ਉਹ ਕਰਦੇ ਜੀ, ਉਦੋਂ ਬਾਅਦ ਕਿਸੇ ਦੀ ਕੋਈ ਸੁਣਵਾਈ ਨਹੀਂ, ਕੁਛ ਨਹੀਂ ਇੱਥੇ। ਬਸ ਵਾਟਰ ਬਾਕਸ ਦਾ ਪਾਣੀ ਵੀ ਹੈਗਾ ਤਾਂ 2 ਮਹੀਨੇ ਬੰਦੀ ਲੱਗੀ ਰਹੀ ਹੈ, ਠੀਕ ਹੈ। ਉਹ ਨਹੀਂ ਆਇਆ ਪਾਣੀ, 1 ਦਿਨ ਆਉਂਦਾ ਸੀਗਾ, 10 ਦਿਨ ਆਉਂਦਾ ਨਹੀਂ ਸੀਗਾ, ਅਤੇ ਜਦੋਂ ਇਹ ਕਿਹਾ ਵੀ ਬਿੱਲ ਲੈਣਾ ਹੁੰਦਾ ਉਦੋਂ ਮਤਲਬ ਕਿ ਕਹਿ ਦਿੰਦੇ ਐਂ ਕਿ ਵੀ ਤੁਹਾਡਾ 2 ਮਹੀਨੇ ਦਾ ਬਿੱਲ ਆ ਗਿਆ, ਉਹ ਬਿੱਲ ਕਾਹਦਾ ਆ ਗਿਆ ਜਦੋਂ ਪਾਣੀ ਨਹੀਂ ਆਇਆ, ਤਾਂ ਬਿੱਲ ਕਾਹਦਾ ਆ ਗਿਆ, ਬਿੱਲ ਕਾਹਦਾ ਜਾਈਏ, ਮੈਨੂੰ ਐਂ ਦੱਸੋ ਐਂ ਕਿ ਵੀ ਪੁੱਛਣ ਵਾਲਾ ਹੋਵੇ ਬਿੱਲ ਕਾਹਦਾ ਆ ਗਿਆ ਜਦੋਂ ਪਾਣੀ ਨਹੀਂ ਆਇਆ, 2 ਮਹੀਨੇ ਦਾ ਸੂਏ 'ਚ ਪਾਣੀ ਨਹੀਂ ਰਿਹਾ, ਜਦੋਂ ਪਾਣੀ ਯੂਜ ਨਹੀਂ ਕਰ ਰਹੇ, ਪੀ ਨਹੀਂ ਰਹੇ, ਨਹਾਇਆ ਨਹੀਂ ਜਾਂਦਾ ਉਹਦੇ ਨਾਲ, ਉਹ ਹੈ ਤਾਂ ਫਿਰ ਉਹ ਬਿੱਲ ਕਾਹਦਾ ਦੀ ਕਿਸੇ ਦਾ ਬਿੱਲ ਲੈ ਜਾਂਦੇ ਬਿੱਲ, ਉਹਦਾ ਕੋਈ ਹੈਗਾ ਕੋਈ ਉਹ ਕਰਮਚਾਰੀ ਹੋਵੇ ਅਤੇ ਉਹ ਮਤਲਬ ਦੂਜੇ ਤੀਜੇ ਦਿਨ ਬਈ ਚੈੱਕ ਕਰਦੇ ਰਹਿਣ, ਉਹ ਚੀਜ਼ਾਂ ਹੈ ਨਹੀਂ ਉੱਥੇ ਤਾਂ। ਜਿੱਦਾਂ ਹੁਣ ਮੈਂ ਤਾਂ ਕਹਿੰਦਾ ਜੀ ਜਿਹਦੇ ਸਾਨੂੰ ਇੱਥੋਂ ਘੱਟੋ ਘੱਟ ਵੀ 20-22 ਸਾਲ ਹੋ ਗਏ, ਉਦੋਂ ਤਾਂ ਸੀਵਰ ਹੈ ਨਹੀਂ ਸੀਗੇ, ਗਲੀਆਂ ਵੀ ਕੱਚੀਆਂ ਹੁੰਦੀਆਂ ਸੀਗੀਆਂ। ਇਹ ਹੁਣ ਤੋਂ ਹੀ ਮਤਲਬ ਹੋ ਗਏ 5-6 ਸਾਲ ਹੋ ਗਏ, 5-6 ਸਾਲ ਹਾਂ ਸੀਵਰਾਂ ਸੀਵਰ ਪੈਣ 10-10 ਸਾਲ ਹੋ ਗਿਆ ਇਹਨਾਂ ਦੀ, ਮਤਲਬ ਜਾਣ ਵਾਲੀ ਹੋ ਗਈ ਤਾਂ ਪਹਿਲਾਂ ਸਰਪੰਚ ਉਹਨਾਂ ਦੇ ਜੱਸੇ ਸਰਪੰਚ ਦੇ ਵੇਲੇ ਬਣੇ ਹੋਏ ਸੀਗੇ। ਤੁਸੀਂ ਕਾਰਨ ਦੱਸੋਗੇ ਇਹਦਾ ਕਿ ਕਾਰਨ ਕੀ ਹੈ ਜੋ ਇਹ ਸੀਵਰੇਜ ਦੀ, ਸੀਵਰੇਜ ਤਾਂ ਬਣਵਾਈ ਗਈ ਹੈ ਲੇਕਿਨ ਇਹਦਾ ਕਾਰਨ ਕੀ, ਇਹ ਬਲੌਕ ਕਾਹਦੇ ਵਾਸਤੇ ਹੋ ਰਿਹਾ? ਇਸ ਲੋਟ ਹੁੰਦੇ ਆ ਜੀ ਜਿਹੜੀ ਮਤਲਬ ਪਾਈਪਾਂ ਬਹੁਤ ਛੋਟੀਆਂ, ਹਾਂ ਜਿਹੜੀ ਮੇਨ ਪਾਈਪ ਹੈ ਉਹ ਵੀ ਇੱਡੀ ਕੁ ਹੈਗੀ ਹੈ, ਜੇ ਜਿਹੜੀ ਗਲੀਆਂ ਵਾਲੀ ਪਾਈਪ ਹੈ ਉਹ ਵੀ ਇੱਡੀ ਕੁ ਹੈਗੀ ਹੈ ਜੀ। ਜੇ ਹੁਣ ਮੇਨ ਰੋਡ ਹੈ, ਪਾਈਪ ਹੋਵੇ ਤਾਂ ਮੇਨ, ਉਹ ਮੇਨ ਰੋਡ ਹੈ, ਮਤਲਬ ਵੱਡੀ ਹੋਵੇ ਫਿਰ ਮੇਨ ਰੋਡ ਦੇ ਉੱਤੇ ਪਾਈਪ ਹੁੰਦੀ ਹੈ ਹਮੇਸ਼ਾ ਵੱਡੀ ਹੁੰਦੀ ਹੈ, ਤੇ ਗਲੀ ਦੇ ਵਿੱਚ ਤਾਂ ਚਲੋ ਛੋਟੀ ਚੱਲ ਜਾਂਦੀ ਹੈ, ਜੇ ਤੋਂ ਮੇਨ ਹੀ
छोटी है तो पानी जाए कि हम आ गली वेखो जी कितने है तो वह मेन है वह कितनी उच्ची है और दो दो तीन फुट उच्ची है गली है जी उच्ची है आ नीवी है जी ते सीवरेज दी जड़ी निकासी है जड़ी किस साइड है एस साइड है या एस साइड है एस साइड है एस साइड ये वो बार-बार केड़ा है बार है अपने मालवा रोड ते निकल जांदा है बाईपास मालवा बाईपास ते उत्थे निकासी है मोटर वगैरह जो इन्हां दी लगी हुई है वो मोटर भी कई बार कह देंदे है उन्हां दा बिल नहीं भरया गया वो कहंदे पिछली सरकार तो नहीं भरया गया बिल वो पिछली सरकार वाले कहंदे भाई इन्हां तो नहीं बिल भरया गया वो समझ तो बाहर है कि मोटर चल रही है कि बिल भरया भी जा रहा है कि नहीं भी जा रहा मतलब ओना दी आपसी जड़ी रंजिश है ओदे करके थोनू एने दुख झेलने पै रहे हैं सानू दिक्कत हो रही है ये हाँ जी जिवें कि तुसी देख रहे हो कि किन्ना बदबूदार इलाका बनया होया है ये हर जगह सीवरेज मक्खी मच्छर बहुत सारिया बीमारियां जन्म ले सकदी हैं छोटे छोटे बच्चे किस तरह इस गंदे पानी विच जिथे कह रहे हैं कि अपने देश नू सफाई अभियान मोदी जी द्वारा चलाया जा रहा है उत्थे तुसी देख सकते हो कि एक छोटे जे शहर विच छोटा जा जड़ा इलाका है उहदे विच इन्नी गंदगी कि बच्चे उहदे विच गंदे बदबूदार पानी विच खेड रहे हैं तो इन्हां नू कल नू की भविष्य होगा इन्हां दा तुसी आप मतलब देख सकते हो आंटी जी जेड़ी थोड़ी आह समस्या है एदे वास्ते तुसी किनू जिम्मेवार ठहराना चाहते हो असीं तो साडे पिंड जेड़ा पिंड दा सरपंच है मैंबर है उहनू हटा सकदे होर किसी नू की कह सकदे आ असीं उहनां नू जानदे आ कि चलो होर किसी नू नहीं जानदे ते जे तुसी कदे उहनां कोले इकट्ठे हो के गए हो बहुत वारी गए ते उहनां ने कोई थोनू कोई आश्वासन दित्ता होवे किहा होवे कि मैं इह करूंगा गरीब बंदे मकान तो नहीं बना सकते भी समझदार होती मसाने मतलब वो कह रहे हैं कि पहला तुसी अपने मकाना नू उच्चे करो नहीं जी वो कह रहे तुसी गलियां आप चकाओ ऊपरियां भी करो आप चकाओ उत्ते चकाएं किवें चकाएंगे आप बनाओ मतलब उच्चे आया दे हां जी इन्नी गुंजाइश किन्नी कजी अपनी तुसी भी समझ सकदे हो जी ध्याड़ी मजदूरे बंदे इन्ना पैसा पर नहीं ला सकदे जी आप तक आप जमीन ही मसा बनाउने आ ਇਹ ਤਾਂ ਪ੍ਰਸ਼ਾਸਨ ਦਾ ਕੰਮ ਹੈ ਨਾ ਜਿਵੇਂ ਉਹ ਉਹਨਾਂ ਨੂੰ ਤੁਸੀਂ ਚੁਣਿਆ ਵੋਟ ਦੇ ਕੇ ਤਾਂ ਮਤਲਬ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਤੁਹਾਡੀਆਂ ਗਲੀਆਂ ਬਣਵਾਉਣ ਤੁਹਾਡੀਆਂ ਸਹੂਲਤਾਂ ਦਾ ਧਿਆਨ ਰੱਖਣ ਦੀ ਮੋਟਰਸਾਈਕਲ ਆਂਦੀ ਹੈ ਦੇਖੋ ਉਹ ਤਾਂ ਆਏ ਆਂਦੇ ਆਪੇ ਪੱਟ ਲਓ ਤੁਸੀਂ ਤੇ ਆਪ ਹੀ ਉੱਚੀ ਕਰਾਓ ਆਪੇ ਉੱਚੀ ਕਰਾ ਲਓ ਉਹ ਤੁਹਾਡੀ ਜ਼ਿੰਮੇਵਾਰੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸੀ ਤਾਂ ਇਹ ਕਹਿੰਦੇ ਹੋਰ ਕੋਈ ਸਮੱਸਿਆ ਸੀਵਰ ਛੱਡ ਪਾਣੀ ਦਾ ਹੀ ਹੈ ਬਸ ਪਾਣੀ ਵੀ ਜੀ ਜਦੋਂ ਲੜਦੇ ਆ ਪਾਣੀ ਵਾਸਤੇ ਜਿਹੜੀ ਡਿਊਟੀ ਵਗੈਰਾ ਹੁੰਦਾ ਪਾਣੀ ਮਹੀਨੇ ਮਹੀਨੇ ਬਾਅਦ ਜੀ ਪਾਣੀ ਮਸਾ ਹਫ਼ਤੇ ਬਾਅਦ ਛੱਡਦੇ ਉਹ ਵੀ ਲੜਾਈਆਂ ਕਰਕੇ ਬਿੱਲ ਭਰੋ ਕਦੇ ਕਾਸੇ ਦਾ ਕਦੇ ਕਾਸੇ ਗਰੀਬ ਬੰਦੇ ਬਿੱਲ ਭਰ ਕੇ ਜਿੱਥੇ ਲੋਟਣ ਦਾ ਸਾਨੂੰ ਪਹਿਲਾਂ ਦੱਸੋ ਤੇ ਜਦੋਂ ਪਾਣੀ ਨਹੀਂ ਆਉਂਦਾ ਤਾਂ ਤੁਸੀਂ ਉਸ ਟਾਈਮ ਕਿਸ ਤਰ੍ਹਾਂ ਪਾਣੀ ਦੀ ਸਮੱਸਿਆ ਨੂੰ ਮਤਲਬ ਕਿੱਥੋਂ ਪਾਣੀ ਪੀਣ ਵਾਸਤੇ ਲਿਆਉਂਦੇ ਹੋ ਕੀ ਕਰਦੇ ਹੋ ਕਰਦੇ ਜੀ ਇੱਕ ਦੂਜੇ ਦੇ ਕਰੋ ਭਰ ਭਰ ਕੇ ਜੀ ਟਾਈਮ ਪਾਸ ਕਰਦੇ ਜੀ ਜਿਹਨਾਂ ਕੇ ਬੰਬੀ ਲੱਗੀ ਹੋਈ ਹੈ ਕਿਸੇ ਦੇ ਨਲਕਾ ਲੱਗਿਆ ਹਾਂਜੀ ਐ ਟਾਈਮ ਪਾਸ ਕਰਦੇ ਜੀ ਗਰੀਬ ਬੰਦੇ ਪਹਿਲਾਂ ਤਾਂ ਗਲੀ ਦਾ ਹੀ ਜ਼ਿਆਦੇ ਆ ਸਾਨੂੰ ਗਲੀ ਦਾ ਹੱਲ ਹੈ ਪਾਣੀ ਦਾ ਤਾਂ ਸਾਡਾ ਕੋਈ ਗੱਲ ਨਹੀਂ ਅਸੀਂ ਆਰੋ ਬਾਹਰੋਂ ਆਜੋ ਆਰੋ ਵੀ ਲੈ ਲੈ ਕੇ ਕਿਡਾ ਸਾਨੂੰ ਕੋਈ ਪਰਨਾ ਸਾਡੀ ਗਲੀ ਦਾ ਹੱਲ ਹੋਣਾ ਚਾਹੀਦਾ ਵੀ ਬੱਚੇ ਸਾਰੇ ਨਿੱਕੇ ਨਿੱਕੇ ਸਭ ਦੇ ਬੱਚੇ ਬਿਮਾਰ ਆ ਤੁਸੀਂ ਆ ਕੇ ਘਰੇ ਦੇਖੋ ਘਰੇ ਦਿਖਾਣੇ ਤੁਹਾਨੂੰ ਪਾਣੀ ਵੜਿਆ ਹੋਇਆ हैं कि किस तरह से इनके घर की हालत हो चुकी है आइए हम देख सकते हैं यहाँ पर आप देख सकते हैं किस तरह से जो सीवरेज का पानी है वो घरों के अंदर तक आ चुका है जहाँ पर हम सीवर को देखकर दूर से ही मतलब हम उसकी बदबू को सहन नहीं कर सकते और इन लोगों के घरों के अंदर जो है पानी इस तरह से आया हुआ ये किस तरह से अपने जीवन को व्यतीत करते होंगे यापन करते होंगे की तरह जो बना हुआ है सब वहाँ पर लोग अपना जीवन जो है यापन कर रहे हैं जहाँ पर मोदी जी द्वारा सफाई अभियान चलाया जा रहा है वहाँ पर आप देख सकते हैं कि लोग कितनी गंदी हालत के अंदर रह रहे हैं ऐसी मोदी ने अपील की सी चिट्ठियां भी पाइया सी पर साड़ी नहीं सुनवाई हुई चार जने इत्थे आके खड़े देख के फोटो ले गए खिंच के ते कोई साड़ी सुनवाई नहीं हुई लोग रौला पा पा के जनता रौला पा पा के ना इत्थों दी हंब गई बेचारी मेरी बेटी ने यह गंदगी दे पिछे गलियां दे विच गंदा पानी आउंदा सी असीं खुद ने सारा ने रल रल के गलियां सफाई कीती आपदा जिन्ना क होया सातों करिया साडा पूरा मकान पाट गया
पूरा मकान डिगण वाला हो गया कि इन्ने पैसे ला के मकान बनाया इन्नी महंगाई दे विच ते पूरा मकान साडा फट गया। वह भी असी फटे दी भी असी बना के सरपंच साहब नूं भी दित्तियां भी सानूं कोई मिले भी मकान बनाउण दा। गरीब बंदा कित्थों खड़ा कर सकदा रोज दी रोज मकान, मतलब कल्ला सीवरेज नहीं ओदे नाल बीमारियां करके भी लोग बहुत ज्यादा परेशान है, बहुत परेशान है। 2 साल दवाई खाधी मेरी बेटी ने अज तक भी ठीक नहीं हुई क्योंकि उन्हों ये गंदे पानी तो एलर्जी सी ते कीड़े मकौड़े जदों गंदे आउंदे सी विच ते जदों साह लैंदी सी ओह घरां दे अंदर वड़ जांदा सी, जदों साह लैंदी सी बेचारी बीमार पै जांदी सी। हुण भी जे तुसीं देखो ना ते बुरी हालत है मेरी बेटी दी ते लोकां दीआं जानां तक गईआं इत्थे। इत्थे कोई नहीं, ना तां कोई मोदी है, ना कोई सरपंच है, ना कोई मैंबर है, ना कोई नहीं सुनदा, ना कोई कैप्टन दी हो, ना कोई कैप्टन सुने ते ना कोई सुखबीर बादल सुने। वोटां वेले तां वड्डे वड्डे फरले लैके आ जांदे ते साडियां नहीं सुनदे कोई, ते हुण तां असीं डांग ते डेरा रखांगे जिहड़ा आया। ठीक है, जैसे कि आप देख रहे हैं कि यहाँ पर जितने भी लोग हैं नर्सिंग कॉलोनी के जो निवासी हैं वो सीवरेज की समस्या या इसके साथ साथ जितनी और समस्याएं हैं उसको लेकर बहुत ज़्यादा आक्रोश में हैं और वो चाहते हैं कि उनकी इस जो प्रॉब्लम है उसका सरपंच के द्वारा जो निवारण किया जाए। इसी के साथ ऐसी ही ताज़ा तरीन खबरों को जानने के लिए हमारे साथ जुड़े रहें डावाली केसरी, मैं उर्वशी कैमरामैन बलकरन के साथ।